ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਕੰਪਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8th ਸੈਸ਼ਨ 2022-23 ਦਾ ਪ੍ਰੀ ਬੋਰਡ ਦਾ ਪੇਪਰ ਪੰਜਾਬੀ ਦਾ। ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਉਹ ਆਪਣੇ ਪੇਪਰਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ। ਪ੍ਰੀ ਬੋਰਡ ਦੇ ਐਗਜ਼ਾਮ ਤੋਂ ਬਾਅਦ ਮੈਂ ਬਹੁਤ ਜਲਦ ਤੁਹਾਡੇ ਨਾਲ ਲਾਈਵ ਹੋ ਕੇ ਗੱਲਬਾਤ ਕਰਾਂਗਾ। ਕੀ ਤੁਸੀਂ ਮੇਰੇ ਨਾਲ ਲਾਈਵ ਗੱਲਬਾਤ ਕਰਨਾ ਚਾਹੁੰਦੇ ਹੋ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਲਾਈਵ ਦੇ ਵਿੱਚ ਬੋਰਡ ਦੇ ਐਗਜ਼ਾਮ ਦੇ ਸੰਬੰਧੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਜਾਏਗੀ, ਤੁਹਾਡੇ ਡਾਊਟਸ ਪੁੱਛੇ ਜਾਣਗੇ ਤੇ ਹੋਰ ਬਹੁਤ ਗੱਲਾਂ ਜਿਹੜੀਆਂ ਅਸੀਂ ਕਰਾਂਗੇ। ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਮੇਰੇ ਨਾਲ ਲਾਈਵ ਗੱਲਬਾਤ ਕਰਨਾ ਚਾਹੁੰਦੇ ਹੋ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਫਿਰ ਸਟਾਰਟ ਕਰਦੇ ਹਾਂ ਜੀ ਅੱਜ ਦਾ ਪੇਪਰ ਪੰਜਾਬੀ। ਸਟਾਰਟਿੰਗ ਦੇ ਵਿੱਚ ਭਾਗ ਉੜਿਆ ਜੀ ਆਪਣੇ ਕੋਲ ਨੰਬਰ 1 ਤੇ ਦੇਖੋ ਲਿਖਿਆ ਸੁੰਦਰ ਲਿਖਾਈ ਦੇ 5 ਅੰਕ ਹਨ। ਇਸ ਕਰਕੇ ਸਟੂਡੈਂਟ ਤੁਸੀਂ ਆਪਣੀ ਲਿਖਾਈ ਜਿਹੜੀ ਆ ਬਹੁਤ ਹੀ ਵਧੀਆ ਕਰਕੇ ਆਇਆ ਕਰੋ। ਇਹ ਫ੍ਰੀ ਦੇ ਨੰਬਰ ਹੁੰਦੇ ਨੇ 5 ਨੰਬਰ ਜਿਹੜੇ ਤੁਹਾਨੂੰ ਮਿਲ ਜਾਣਗੇ। ਸੋ ਸੈਕਿੰਡ ਨੰਬਰ ਤੇ ਆ ਸਾਡੇ ਕੋਲ ਇੱਕ ਪੈਰਾਗ੍ਰਾਫ ਦਿੱਤਾ ਹੈ, ਅਸੀਂ ਉਹਦੇ ਵਿੱਚੋਂ ਕੁਐਸਚਨ ਆਨਸਰ ਲੱਭਣੇ ਨੇ। ਫਸਟ ਕੁਐਸਚਨ ਆ ਸਾਡੇ ਕੋਲ ਕਿਸ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਤਾਂ ਦੇਖੋ ਫਸਟ ਲਾਈਨ ਦੇ ਵਿੱਚ ਇਸਦਾ ਆਂਸਰ ਹੈ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਤਾਂ ਆਂਸਰ ਹੈ ਜੀ ਇਸਦਾ ਪੰਜਾਬ। ਸੈਕਿੰਡ ਨੰਬਰ ਤੇ ਆ ਜੀ ਲੋਹੜੀ ਕਿਹੜੇ ਦੇਸੀ ਮਹੀਨੇ ਵਿੱਚ ਮਨਾਈ ਜਾਂਦੀ ਹੈ। ਤਾਂ ਦੇਖੋ ਆਂਸਰ ਲਿਖਿਆ ਇੱਥੇ ਲੋਹੜੀ ਦਾ ਤਿਉਹਾਰ ਪੰਜਾਬ ਦੇ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ ਤਾਂ ਆਂਸਰ ਹੋ ਜਾਏਗਾ ਜੀ ਇੱਥੇ ਊੜਾ ਪੋਹ। ਥਰਡ ਨੰਬਰ ਤੇ ਆ ਤਿਉਹਾਰ ਤੇ ਮੇਲੇ ਸਮਾਜ ਵਿੱਚ ਕੀ ਪੈਦਾ ਕਰਦੇ ਹਨ। ਤਾਂ ਦੇਖੋ ਜੀ ਇੱਥੇ ਲਿਖਿਆ ਹੋਇਆ ਤਿਉਹਾਰ ਤੇ ਮੇਲੇ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਤਾਂ ਆਂਸਰ ਆ ਜਾਏਗਾ ਜੀ ਇੱਥੇ ਈੜੀ ਭਾਈਚਾਰਕ ਸਾਂਝ। ਫੋਰਥ ਨੰਬਰ ਤੇ ਆ ਅਗਾਂਹ ਵਧੂ ਸੋਚ ਰੱਖਣ ਵਾਲੇ ਲੋਕ ਕਿਸ ਦੀ ਲੋਹੜੀ ਮਨਾਉਂਦੇ ਹਨ ਤਾਂ ਆਂਸਰ ਆ ਜੀ ਇੱਥੇ ਦੇਖੋ ਅੱਜ ਕੱਲ੍ਹ ਸਮਾਜ ਵਿੱਚ ਅਗਾਂਹ ਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਦੋਹਾਂ ਦੀ ਲੋਹੜੀ ਮਨਾਉਂਦੇ ਹਨ ਤਾਂ ਆਂਸਰ ਹੈ ਜੀ ਇੱਥੇ ਦੋਹਾਂ ਦੀ। ਫਿਫਥ ਨੰਬਰ ਤੇ ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤਾਂ ਦੇਖੋ ਇੱਥੇ ਲਿਖਿਆ ਜੀ ਲੋਹੜੀ ਦਾ ਤਿਉਹਾਰ ਧਰਤੀ ਤੇ ਆਏ ਨਵੇਂ ਜੀ ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਤਾਂ ਆਂਸਰ ਆਏਗਾ ਜੀ ਇੱਥੇ ਪੁੱਤਰ ਦੀ ਖੁਸ਼ੀ ਵਿੱਚ। ਥਰਡ ਨੰਬਰ ਤੇ ਪੈਰਾਗ੍ਰਾਫ ਆਪਣੇ ਕੋਲ ਉਹਦੇ ਵਿੱਚ ਫਸਟ ਕੁਐਸਚਨ ਆਪਣੇ ਕੋਲ ਸ਼ਿਵ ਸਿੰਘ ਨੂੰ ਬਚਪਨ ਤੋਂ ਕਿਸ ਨਾਲ ਲਗਾ ਸੀ। ਇੱਥੇ ਫਸਟ ਲਾਈਨ ਦੇ ਵਿੱਚ ਆਂਸਰ ਹੈ ਉਸ ਨੂੰ ਬਚਪਨ ਤੋਂ ਕੁਦਰਤ ਨਾਲ ਲਗਾ ਸੀ ਤਾਂ ਆਂਸਰ ਹੈ ਜੀ ਕੁਦਰਤ। ਸੈਕਿੰਡ ਨੰਬਰ ਤੇ ਸ਼ਿਵ ਸਿੰਘ ਕਿਸ ਨਾਲ ਘੁੱਗੂ ਘੋੜੇ ਬਣਾਉਂਦਾ ਸੀ ਤਾਂ ਦੇਖੋ ਇੱਥੇ ਲਿਖਿਆ ਰੇਤ ਨਾਲ ਘੁੱਗੂ ਘੋੜੇ ਬਣਾਉਂਦਾ ਤਾਂ ਆਂਸਰ ਆ ਜਾਏਗਾ ਇੱਥੇ ਰੇਤ। ਥਰਡ ਨੰਬਰ ਤੇ ਕਿਸ ਨੂੰ ਆਪਣੇ ਪੁੱਤਰ ਵਿੱਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ, ਮਾਪਿਆਂ ਨੂੰ ਆਪਣੇ ਪੁੱਤਰਾਂ 'ਚ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ ਆਂਸਰ ਹੈ ਜੀ ਇੱਥੇ ਮਾਪਿਆਂ ਨੂੰ। ਫੋਰਥ ਨੰਬਰ ਤੇ ਆ ਸ਼ਿਵ ਸਿੰਘ ਬਚਪਨ ਵਿੱਚ ਕਿੱਥੇ ਖੇਡਣ ਚਲਾ ਜਾਂਦਾ ਸੀ ਤਾਂ ਦੇਖੋ ਆਂਸਰ ਹੈ ਜੀ ਇੱਥੇ ਭੰਗੀ ਝੋ ਵਿੱਚ ਖੇਡਣ ਚਲਾ ਜਾਂਦਾ ਤਾਂ ਆਂਸਰ ਹੈ ਜੀ ਇੱਥੇ ਸੱਸਾ ਭੰਗੀ ਝੋ। ਫਿਫਥ ਨੰਬਰ ਤੇ ਆ ਸ਼ਿਵ ਸਿੰਘ ਬਾਲ ਖਿਡੌਣੇ ਕਿਸ ਨਾਲ ਬਣਾਉਂਦਾ ਸੀ ਤਾਂ ਦੇਖੋ ਇੱਥੇ ਲਿਖਿਆ ਜੀ ਸਰਕੰਡੇ ਦੇ ਤਿੱਲੀਆਂ ਨਾਲ ਬਾਲ ਖਿਡੌਣੇ ਬਣਾਉਂਦਾ ਸੀ ਤਾਂ ਆਂਸਰ ਹੈ ਜੀ ਇੱਥੇ ਤਿੱਲੀਆਂ ਨਾਲ। ਫੋਰਥ ਨੰਬਰ ਤੇ ਆ ਜੀ ਆਪਣੇ ਕੋਲ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਨੰਬਰ 1 ਹੈ ਜਮਾਤ ਵਿੱਚ ਅਧਿਆਪਕ ਪੜ੍ਹਾ ਰਿਹਾ ਹੈ, ਵਾਕ ਵਿੱਚੋਂ ਇਕੱਠ ਵਾਚਕ ਨਾਂਵ ਚੁਣੋ। ਇਕੱਠ ਵਾਚਕ ਤੁਹਾਨੂੰ ਪਤਾ ਹੈ ਜਿਹੜੀ ਭੀੜ ਦੀ ਗੱਲ ਹੁੰਦੀ ਹੈ, ਕਿਤੇ ਜਿੱਥੇ ਜ਼ਿਆਦਾ ਇਕੱਠ ਦੀ ਗੱਲ ਹੋ ਰਹੀ ਹੋਵੇ ਉਸਨੂੰ ਇਕੱਠ ਵਾਚਕ ਨਾਂ ਕਹਿ ਦਿੰਦੇ ਹਾਂ, ਜਿਵੇਂ ਕੋਈ ਜਮਾਤ ਹੋ ਗਈ, ਸਭਾ ਹੋ ਗਈ, ਭੀੜ ਹੋ ਗਈ ਆਦਿ। ਤਾਂ ਇੱਥੇ ਦੇਖੋ ਕੀ ਹੈ ਜੀ ਜਮਾਤ ਇਸਦਾ ਆਂਸਰ ਹੋਏਗਾ। ਸੈਕਿੰਡ ਨੰਬਰ ਤੇ ਹੈ ਜੀ ਤੀਵੀਂ ਸ਼ਬਦ ਦਾ ਬਹੁਵਚਨ ਕਿਹੜਾ ਹੈ ਤਾਂ ਆਂਸਰ ਹੋਏਗਾ ਜੀ ਇਸਦਾ ਤੀਵੀਆਂ। ਥਰਡ ਨੰਬਰ ਤੇ ਹੈ ਜੀ ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਸਾਰਿਆਂ ਨੂੰ ਪਤਾ ਹੈ ਜੀ ਨਾਂਵ ਜਿਹੜੇ ਨੇ 5 ਪ੍ਰਕਾਰ ਦੇ ਹੁੰਦੇ ਨੇ। 5 ਕਿਹੜੇ ਕਿਹੜੇ ਹੁੰਦੇ ਨੇ ਜੀ? ਆਮ ਨਾਂਵ, ਖਾਸ ਨਾਂਵ, ਵਸਤੂਵਾਚਕ ਨਾਂਵ, ਇਕੱਠਵਾਚਕ ਨਾਂਵ ਐਂਡ ਲਾਸਟ ਹੈ ਜੀ ਭਾਵਵਾਚਕ ਨਾਂਵ। ਫੋਰਥ ਨੰਬਰ ਦੇ ਕੁਐਸਚਨ ਆਪਣੇ ਕੋਲ ਹੇਠਾਂ ਲਿਖੇ ਸ਼ਬਦਾਂ 'ਚੋਂ ਪੜਨਾਂਵ ਸ਼ਬਦ ਚੁਣੋ। ਤਾਂ ਪੜਨਾਂਵ ਕੀ ਹੈ ਜੀ? ਜਿਹੜੇ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਨੇ ਉਹਨਾਂ ਨੂੰ ਪੜਨਾਂਵ ਕਹਿੰਦੇ ਆ। ਇਹਨਾਂ ਵਿੱਚੋਂ ਦੇਖੋ ਕਿਹੜਾ ਜੀ ਅਸੀਂ, ਅਸੀਂ ਕੀ ਹੋਇਆ? ਪੜਨਾਂਵ ਸ਼ਬਦ ਹੋਇਆ। ਨੈਕਸਟ ਹੈ ਜੀ ਆਪਣੇ ਕੋਲ ਸਹੀ ਗਲਤ ਦੱਸੋ। ਫਸਟ ਨੰਬਰ ਤੇ ਹੈ ਨੀ ਕੁੜੀਏ ਇੱਧਰ ਆ, ਸੰਬੋਧੀ ਵਿਸਮਕ ਹੈ ਜਾਂ ਨਹੀਂ? ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਜਿਹੜੇ ਵਿਸਮਕ ਨੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 9 ਪ੍ਰਕਾਰ ਦੇ ਹੁੰਦੇ ਨੇ। ਕਿਹੜੇ ਕਿਹੜੇ ਹੁੰਦੇ ਨੇ ਜੀ? ਪ੍ਰਸ਼ੰਸਾਵਾਚਕ, ਸ਼ੋਕਵਾਚਕ, ਹੈਰਾਨੀਵਾਚਕ, ਸੂਚਨਾਵਾਚਕ, ਸੰਬੋਧਨੀ ਵਿਸਮਕ, ਸਤਿਕਾਰਵਾਚਕ, ਫਟਕਾਰਵਾਚਕ, ਅਸੀਸਵਾਚਕ ਤੇ ਇੱਛਾਵਾਚਕ। ਤਾਂ ਦੇਖੋ ਇਹ ਕਿਹੜਾ ਜੀ ਨੀ ਕੁੜੀ ਇੱਧਰ ਆ ਕਿਸੇ ਨੂੰ ਸੰਬੋਧਨ ਕੀਤਾ ਜਾ ਰਿਹਾ? ਤਾਂ ਬਿਲਕੁਲ ਸਹੀ ਹੈ ਜੀ ਇਹ। ਸੈਕਿੰਡ ਨੰਬਰ ਤੇ ਜੀ ਆਪਣੇ ਕੋਲ ਉਚਿਤ ਦਾ ਸਮਾਨਾਰਥਕ ਸ਼ਬਦ ਠੀਕ ਹੈ, ਬਿਲਕੁਲ ਸਹੀ ਹੈ ਜੀ, ਠੀਕ ਹੈ। ਥਰਡ ਹੈ ਜੀ ਆਪਣੇ ਕੋਲ ਪੜਨਾਂਵ 8 ਪ੍ਰਕਾਰ ਦੇ ਹੁੰਦੇ ਹਨ, ਬਿਲਕੁਲ ਗਲਤ ਹੈ ਜੀ। ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ? 6 ਪ੍ਰਕਾਰ ਦੇ ਹੁੰਦੇ ਨੇ। ਕਿਹੜੇ ਕਿਹੜੇ ਹੁੰਦੇ ਨੇ ਜੀ? ਪੁਰਖਵਾਚਕ, ਨਿੱਜਵਾਚਕ ਪੜਨਾਂਵ, ਨਿਸ਼ਚੈਵਾਚਕ, ਅਨਿਸ਼ਚੈਵਾਚਕ, ਸੰਬੰਧਵਾਚਕ ਐਂਡ ਪ੍ਰਸ਼ਨਵਾਚਕ। ਨੈਕਸਟ ਹੈ ਜੀ ਆਪਣੇ ਕੋਲ ਖਾਲੀ ਥਾਵਾਂ ਭਰੋ।
ਫਸਟ ਨੰਬਰ ਤੇ ਹੈ ਖੰਡ, ਗੁੜ, ਕਣਕ, ਡੈਸ਼ ਨਾਮ ਹਨ। ਕਿਹੜੇ ਨਾਮ ਨੇ ਜੀ? ਇਹ ਵਸਤੂਵਾਚਕ ਨਾਮ ਨੇ। ਸੈਕਿੰਡ ਨੰਬਰ ਤੇ ਹੈ ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ ਉਸਨੂੰ ਕੀ ਕਹਿੰਦੇ ਆ ਜੀ? ਅਖਾੜਾ। ਥਰਡ ਨੰਬਰ ਤੇ ਹੈ ਜੀ ਮੈਂ, ਅਸੀਂ, ਡੈਸ਼ ਪੜਨਾਮ ਦੀ ਉਦਾਹਰਣ ਹਨ, ਪੁਰਖਵਾਚਕ। ਨੈਕਸਟ ਸੈਵਨ ਨੰਬਰ ਤੇ ਹੈ ਜੀ ਮਿਲਾਨ ਕਲੋ, ਮਿਲਾਨ ਕਰੋ। ਕੌਣ ਕਿਹੜਾ, ਕੌਣ ਕਿਹੜਾ ਦਾ ਮਤਲਬ ਕੀ ਹੈ ਜੀ? ਇਹ ਪ੍ਰਸ਼ਨਵਾਚਕ ਹੈ। ਸ਼ਾਬਾਸ਼, ਇਹ ਕਿਹੜਾ ਜੀ? ਪ੍ਰਸ਼ੰਸਾਵਾਚਕ ਹੈ, ਕਿਸਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕੁਲਬੀਰ ਸਿੰਘ ਖਾਸ ਨਾਮ ਹੈ, ਬਹੁਤ ਅੱਛਾ ਕਿਰਿਆ ਵਿਸ਼ੇਸ਼ਣ ਹੈ। ਦੇਖੋ ਕਈ ਸਟੂਡੈਂਟ ਇੱਥੇ ਕਨਫਿਊਜ਼ ਵੀ ਹੋ ਸਕਦੇ ਨੇ ਕਿ ਬਹੁਤ ਅੱਛਾ, ਇਸ ਨੂੰ ਪ੍ਰਸ਼ੰਸਾ ਵੀ ਕਹਿ ਦਿੰਦੇ ਨੇ, ਪਰ ਪ੍ਰਸ਼ੰਸਾ ਨਹੀਂ ਕਹਿਣਾ, ਕਿਉਂਕਿ ਬਹੁਤ ਅੱਛਾ ਕਿਸ ਲਈ ਯੂਜ਼ ਹੁੰਦਾ? ਕੋਈ ਕੰਮ ਹੋ ਰਿਹਾ ਤਾਂ ਅਸੀਂ ਉਸਨੂੰ ਕਹਿ ਰਹੇ ਹਾਂ ਕਿ ਬਹੁਤ ਅੱਛਾ ਕੀਤਾ। ਠੀਕ ਹੈ ਜੀ, ਵੀ ਕੰਮ ਤੁਸੀਂ ਬਹੁਤ ਅੱਛਾ ਕੀਤਾ ਤਾਂ ਕਿਰਿਆ ਦੇ ਨਾਲ ਵਿਸ਼ੇਸ਼ਤਾ ਦੱਸੀ ਉਸਦੀ। ਨੈਕਸਟ ਹੈ ਜੀ ਕਿਉਂਕਿ, ਕਿਉਂਕਿ ਜਿਹੜਾ ਹੈਗਾ ਉਹ ਯੋਜਕ ਸ਼ਬਦ ਹੈ। ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਮੈਂ ਉੱਥੇ ਜਾਵਾਂਗਾ ਕਿਉਂਕਿ ਮੈਨੂੰ ਇਹ ਕੰਮ ਹੈ, ਤਾਂ ਇਹ ਕੀ ਬਣ ਗਿਆ? ਕਿਉਂਕਿ ਜਿਹੜਾ ਯੋਜਕ ਹੋ ਗਿਆ, ਜਿਹੜਾ ਦੋ ਵਾਕਾਂ ਨੂੰ ਜੋੜਦਾ ਹੈ। ਨੈਕਸਟ ਹੈ ਜੀ ਭਾਗ ਐੜਾ, ਹੇਠ ਦਿੱਤੀਆਂ ਕਾਵਿ ਸਤਰਾਂ ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਸਪਸ਼ਟ ਕਰੋ। ਨੰਬਰ 1 ਤੇ ਹੈ ਜੀ ਲਹੂਆਂ ਦੇ ਸੰਗ ਲਿਖੀ ਗਈ ਹੈ, ਅਣਖ ਤੇਰੀ ਦੀ ਲੰਮੀ ਗਾਥਾ, ਜੈ ਭਾਰਤ ਜੈ ਭਾਰਤ ਮਾਤਾ। ਤਾਂ ਇਸਦਾ ਕੀ ਅਰਥ ਬਣਦਾ ਹੈ? ਕਵੀ ਲਿਖਦਾ ਹੈ ਕਿ ਇਹ ਭਾਰਤ ਮਾਤਾ ਤੇਰੀ ਅਣਖ ਇੱਜ਼ਤ ਦੀ ਕਹਾਣੀ ਬੜੀ ਲੰਬੀ ਹੈ, ਤੇਰੀ ਅਣਖ ਕਾਇਮ ਰੱਖਣ ਲਈ ਕਈ ਨੌਜਵਾਨ ਭਾਰਤੀਆਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ। ਨੈਕਸਟ ਹੈ ਜੀ ਆਪਣੇ ਕੋਲ ਜਾਣ ਦੇ ਵਿੱਚ, ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ਼, ਜ਼ਿੰਦਗੀ ਜਾਣੀ ਘੋੜ ਲੰਮੇਰਾ, ਜਿੱਤ ਵਿੱਚ ਰੱਖ ਵਿਸ਼ਵਾਸ। ਤਾਂ ਇਹਦੇ ਅਰਥ ਬਣ ਜਾਣਗੇ ਜੀ, ਜੇ ਕਦੀ ਹਾਰ ਨਿਰਾਸ਼ ਕਰ ਦੇਣ ਦਾ ਜੀਵਨ ਨੂੰ ਇੱਕ ਲੰਬਾ ਸੰਘਰਸ਼ ਸਮਝ ਕੇ ਆਪਣੇ ਮਨ ਵਿੱਚ ਜਿੱਤ ਦਾ ਭਰੋਸਾ ਰੱਖਣਾ ਹੀ ਲਾਭਦਾਇਕ ਹੁੰਦਾ ਹੈ। ਨੈਕਸਟ ਹੈ ਜੀ 9th ਨੰਬਰ ਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚੋਂ ਕੋਈ ਚਾਰ ਕਰੋ। ਫਸਟ ਹੈ ਜੀ ਆਪਣੇ ਕੋਲ ਬਲਜੀਤ ਤੇ ਏਕਮ ਨੂੰ ਕਿਹੜੀ ਕਿਹੜੀ ਖੇਡ ਦਾ ਸ਼ੌਂਕ ਸੀ? ਤਾਂ ਬਲਜੀਤ ਨੂੰ ਕਿਹੜਾ ਸੀਗਾ ਜੀ? ਬਲਜੀਤ ਨੂੰ ਤੈਰਾਕੀ ਤੇ ਏਕਮ ਨੂੰ ਫੁੱਟਬਾਲ, ਫੁੱਟਬਾਲ ਦਾ ਸ਼ੌਂਕ ਸੀ। ਸੈਕਿੰਡ ਕੁਸ਼ਚਨ ਹੈ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਜਨਮ ਹੋਇਆ ਜੀ ਬਾਬਾ ਜੀ ਦਾ 1173 ਈਸਵੀ ਦੇ ਵਿੱਚ ਮੁਲਤਾਨ ਦੇ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ। ਥਰਡ ਹੈ ਜੀ ਆਪਣੇ ਕੋਲ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ? ਤਾਂ ਸਾਰਿਆਂ ਨੂੰ ਪਤਾ ਜੀ ਪੰਜਾਬ ਦੇ ਲੋਕ ਨਾਚ ਗਿੱਧਾ, ਭੰਗੜਾ, ਝੂਮਰ, ਧਮਾਲ, ਸੰਮੀ ਅਤੇ ਕਿੱਕਲੀ। ਨੈਕਸਟ ਹੈ ਜੀ ਆਪਣੇ ਕੋਲ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ? ਤਾਂ ਆਂਸਰ ਹੈ ਜੀ ਇਸਦਾ, ਜਦੋਂ ਉਸਦੇ ਦਰਵਾਜ਼ੇ ਅੱਗੇ ਬੰਬ ਡਿੱਗਿਆ ਤਾਂ ਉਹ ਡਰ ਗਈ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਉਸਨੇ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ। ਦੂਜਾ, ਉਸਦਾ ਮੁਹੱਲਾ ਵੀ ਸਾਰਾ ਖਾਲੀ ਹੋ ਗਿਆ ਜਿਸ ਕਾਰਨ ਉਸਨੇ ਘਰ ਛੱਡਣ ਦੀ ਪੱਕੀ ਧਾਰ ਲਈ। ਨੈਕਸਟ ਹੈ ਜੀ ਆਪਣੇ ਕੋਲ ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸਦੇ ਲੇਖਕ ਕੌਣ ਹਨ? ਤੁਹਾਨੂੰ ਸਾਰਿਆਂ ਨੂੰ ਪਤਾ ਜੀ ਸਾਡਾ ਰਾਸ਼ਟਰੀ ਗਾਨ ਕਿਹੜਾ ਹੈ? ਜਣ ਗਣ ਮਨ, ਤੇ ਲੇਖਕ ਕੌਣ ਸੀਗਾ ਜੀ ਇਸਦੇ? ਰਵਿੰਦਰ ਨਾਥ ਟੈਗੋਰ। ਲਾਸਟ ਹੈ ਜੀ ਆਪਣੇ ਕੋਲ ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ? ਆਂਸਰ ਹੈ ਜੀ ਇਸਦਾ, ਉਹਨਾਂ ਦਾ ਬਚਪਨ ਖੁੱਲੇ ਡੁੱਲੇ ਮਾਹੌਲ ਵਿੱਚ ਬੀਤਿਆ, ਉਹਨਾਂ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਪਿਆਰ ਸੀ। ਨੈਕਸਟ ਹੈ ਜੀ ਆਪਣੇ ਕੋਲ 10th ਨੰਬਰ ਤੇ ਹੇਠਾਂ ਦਿੱਤੇ ਮੁਹਾਵਰਿਆਂ ਵਿੱਚੋਂ ਕਿਸੇ 5 ਨੂੰ ਵਾਕਾਂ 'ਚ ਵਰਤੋ। ਫਸਟ ਨੰਬਰ ਤੇ ਹੈ ਜੀ ਜਿਗਰ ਦਾ ਟੁਕੜਾ, ਅਮਨ ਆਪਣੀ ਮਾਂ ਦੇ ਜਿਗਰ ਦਾ ਟੁਕੜਾ ਹੈ। ਸੈਕਿੰਡ ਹੈ 19-21 ਦਾ ਫਰਕ ਹੋਣਾ, ਅੰਬਰ ਤੇ ਮਨੀ ਬੇਸ਼ਕ ਜੋੜੀਆਂ ਭੈਣਾਂ ਹਨ ਪਰ ਉਹਨਾਂ ਦੇ ਸੁਭਾਅ ਵਿੱਚ 19-21 ਦਾ ਫਰਕ ਤਾਂ ਹੈ। ਕੁਰਬਾਨ ਹੋਣਾ, ਦੇਸ਼ ਲਈ ਕੁਰਬਾਨ ਹੋਣਾ ਸਭ ਤੋਂ ਵੱਡਾ ਧਰਮ ਹੈ। ਹਰਮਨ ਪਿਆਰਾ, ਸਿਮਰਨ ਲਈ ਆਪਣਾ ਪੁੱਤਰ ਸਭ ਤੋਂ ਹਰਮਨ ਪਿਆਰਾ ਹੈ। ਈਦ ਦਾ ਚੰਦ ਹੋਣਾ, ਪਿੰਕੀ ਤੂੰ ਤਾਂ ਈਦ ਦਾ ਚੰਦ ਹੀ ਹੋ ਗਈ, ਕਦੇ ਮਿਲਦੀ ਹੀ ਨਹੀਂ। ਅੱਖਾਂ ਦਾ ਤਾਰਾ, ਮਾਂ ਲਈ ਬੱਚੇ ਅੱਖਾਂ ਦੇ ਤਾਰੇ ਹੁੰਦੇ ਹਨ। ਉਸਤਾਦੀ ਕਰਨੀ, ਚਲਾਕੀ ਕਰਨੀ, ਸਾਨੂੰ ਕਦੇ ਵੀ ਸਾਊ ਲੋਕਾਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ। ਨੈਕਸਟ ਹੈ ਜੀ 11th ਨੰਬਰ ਤੇ ਆਪਣੇ ਕੋਲ ਹੇਠਾਂ ਦਿੱਤੇ ਲੇਖਾਂ ਵਿੱਚੋਂ ਕੋਈ ਇੱਕ ਲੇਖ ਲਿਖੋ। ਫਸਟ ਹੈ ਜੀ ਆਪਣੇ ਕੋਲ ਰੁੱਖਾਂ ਦੇ ਲਾਭ। ਦੇਖੋ ਮੈਂ ਤੁਹਾਨੂੰ ਇਹ ਬੋਲ ਕੇ ਸੁਣਾ ਦਿੰਦਾ, ਤਾਂ ਤੁਸੀਂ ਜਦੋਂ ਐਗਜ਼ਾਮ ਦੇਣ ਲਈ ਜਾਓਗੇ ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਚਲਾ ਕੇ ਵੀਡੀਓ ਨੂੰ ਰੱਖ ਲਿਓ ਤੇ ਤੁਸੀਂ ਜਦ ਸੁਣੀ ਜਾਓਗੇ ਤਾਂ ਫਿਰ ਤੁਹਾਨੂੰ ਨਾਲ ਦੀ ਨਾਲ ਯਾਦ ਹੋ ਜਾਣਾ। ਫਸਟ ਹੈ ਜੀ ਸਾਡੇ ਕੋਲ ਰੁੱਖ ਸਾਡੇ ਵਾਤਾਵਰਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਰੁੱਖਾਂ ਤੋਂ ਲੱਕੜ, ਫਲ, ਫੁੱਲ, ਅਨਾਜ, ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਪ੍ਰਾਪਤ ਕਰਦੇ ਹਾਂ। ਰੁੱਖ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਸਹਾਈ ਹੁੰਦੇ ਹਨ। ਰੁੱਖ ਮਿੱਟੀ ਦੇ ਬਹਾਵ ਨੂੰ ਰੋਕਦੇ ਹਨ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ। ਰੁੱਖ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਵਿੱਚ ਸਹਾਈ ਹੁੰਦੇ ਹਨ। ਪੰਛੀਆਂ ਅਤੇ ਜਾਨਵਰਾਂ ਦੋਵਾਂ ਦੇ ਘਰ ਰੁੱਖਾਂ ਹੇਠਾਂ ਹਨ। ਰੁੱਖਾਂ ਅਤੇ ਪੌਦਿਆਂ ਤੋਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਧਰਤੀ ਤੇ ਵਰਖਾ ਕਰਾਉਣ ਵਿੱਚ ਰੁੱਖ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੁੱਖਾਂ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅੰਨੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਨ ਜੋ ਕਿ ਸਰਾਸਰ
ਗਲਤ ਹੈ। ਨੈਕਸਟ ਆਪਣੇ ਕੋਲ ਮੇਰਾ ਅਧਿਆਪਕ। ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਮੈਂ 7ਵੀਂ ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੇ ਸਕੂਲ ਦੇ ਸਾਰੇ ਅਧਿਆਪਕ ਬੜੇ ਸੁਹਿਰਦ, ਮਿਹਨਤੀ, ਸੂਝਵਾਨ ਅਤੇ ਲਾਇਕ ਹਨ। ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਫਿਰ ਵੀ ਮੈਨੂੰ ਮੇਰੇ ਪੰਜਾਬੀ ਦੇ ਅਧਿਆਪਕ ਬੜੇ ਚੰਗੇ ਲੱਗਦੇ ਹਨ। ਉਹ ਅਨੁਸ਼ਾਸਨ ਦੇ ਬੜੇ ਪੱਕੇ ਹਨ, ਸਮੇਂ ਤੋਂ ਪਹਿਲਾਂ ਸਕੂਲ ਵਿੱਚ ਆ ਜਾਂਦੇ ਹਨ। ਉਹ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਚੰਗੀਆਂ ਗੱਲਾਂ ਦੱਸਦੇ ਹਨ। ਉਹਨਾਂ ਦਾ ਸੁਭਾਅ ਬੜਾ ਨਰਮ ਹੈ। ਉਹ ਸਾਰੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਹਨ। ਉਹ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਹ ਆਪਣੇ ਵਿਸ਼ੇ ਦੇ ਮਾਹਰ ਅਧਿਆਪਕ ਹਨ। ਉਹਨਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਸਰਲ ਹੈ। ਉਹ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਹਨ। ਉਹਨਾਂ ਦਾ ਗਿਆਨ ਭੰਡਾਰ ਬਹੁਤ ਵਿਸ਼ਾਲ ਹੈ। ਉਹ ਵਿਦਿਆਰਥੀਆਂ ਦੇ ਪੜ੍ਹਨ ਲਈ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਅਤੇ ਰਸਾਲੇ ਲੈ ਕੇ ਆਉਂਦੇ ਹਨ। ਉਹਨਾਂ ਦੀ ਲਿਖਾਈ ਬਹੁਤ ਸੁੰਦਰ ਹੈ। ਉਹ ਸੋਹਣਾ ਲਿਖਣ ਵਾਲੇ ਨੂੰ ਬਹੁਤ ਪਿਆਰ ਕਰਦੇ ਹਨ। ਮੈਨੂੰ ਵੀ ਹੁਣ ਪੰਜਾਬੀ ਭਾਸ਼ਾ ਨਾਲ ਬਹੁਤ ਮੋਹ ਹੋ ਗਿਆ ਹੈ। ਉਹ ਬੜੇ ਇਮਾਨਦਾਰ ਅਤੇ ਗੈਰਤਮੰਦ ਹਨ। ਉਹ ਬੜੇ ਆਦਰਸ਼ਵਾਦੀ ਹਨ। ਉਹ ਕਹਿਣੀ ਤੇ ਕਥਨੀ ਦੇ ਪੂਰੇ ਹਨ। ਉਹਨਾਂ ਦਾ ਮੇਰੇ ਮਨ ਤੇ ਡੂੰਘਾ ਪ੍ਰਭਾਵ ਹੈ। ਸਾਰਾ ਸਕੂਲ ਅਤੇ ਇਲਾਕਾ ਉਹਨਾਂ ਦੀ ਇੱਜ਼ਤ ਕਰਦਾ ਹੈ। ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਉਹਨਾਂ ਵਾਂਗ ਇੱਕ ਮਿਹਨਤੀ ਅਤੇ ਚੰਗਾ ਅਧਿਆਪਕ ਬਣਾ। ਨੈਕਸਟ ਹੈ ਜੀ ਲੋਹੜੀ। ਭਾਰਤ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਪੰਜਾਬ ਦੀ ਖੁਸ਼ੀਆਂ ਭਰਾ ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਇਸ ਤਿਉਹਾਰ ਨਾਲ ਇੱਕ ਲੋਕ ਕਥਾ ਸੰਬੰਧਿਤ ਹੈ। ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਆਪਣੇ ਹੱਥੀਂ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ। ਇਸ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲ ਮਨਾਇਆ ਜਾਣ ਲੱਗਾ। ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ, ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਇਸ ਤਿਉਹਾਰ ਦਾ ਸੰਬੰਧ ਪੁਰਾਣਿਕ ਕਥਾ ਸਤੀ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ। ਲੋਹੜੀ ਸ਼ਬਦ ਦਾ ਮੂਲ ਤਿਲ ਪਲੱਸ ਰੋੜੀ ਹੈ, ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜ਼ੋਰਾਂ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ਵਿੱਚ ਲੋਹੜੀ ਵੰਡੀ ਜਾਂਦੀ ਹੈ, ਜਿਸ ਵਿੱਚ ਮੂੰਗਫਲੀ, ਰਿਓੜੀਆਂ, ਗੱਚਕ, ਮੱਕੀ ਦੇ ਭੰਨੇ ਹੋਏ ਦਾਣੇ ਹੁੰਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ ਕੁੜੀਆਂ ਲੋਹੜੀ ਮੰਗਦੇ ਹਨ। ਖੁੱਲ੍ਹੇ ਵਿਹੜੇ ਵਿੱਚ ਲੱਕੜਾਂ ਅਤੇ ਪਾਥੀਆਂ ਇਕੱਠੀਆਂ ਕਰਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਰਿਸ਼ਤੇਦਾਰ ਅਤੇ ਮੁਹੱਲੇ ਵਾਲੇ ਦੇਰ ਰਾਤ ਤੱਕ ਧੂਣੀ ਸੇਕਦੇ ਰਹਿੰਦੇ ਹਨ। ਕਈ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ। ਮੁੰਡੇ ਭੰਗੜੇ ਪਾਉਂਦੇ ਹਨ। ਅੱਧੀ ਰਾਤ ਤੱਕ ਧੂਣੀ ਦੀ ਅੱਗ ਦੇ ਠੰਡੀ ਪੈਣ ਤੱਕ ਇਹ ਮਹਿਫਿਲ ਲੱਗੀ ਰਹਿੰਦੀ ਹੈ। ਨੈਕਸਟ ਹੈ ਜੀ ਵਿਸਾਖੀ। ਵਿਸਾਖੀ ਹਿੰਦੂਆਂ ਅਤੇ ਸਿੱਖਾਂ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਗਰਮੀ ਦੀ ਪਹਿਲੀ ਫਸਲ, ਜ਼ਿਆਦਾਤਰ ਕਣਕ ਦੀ ਕਟਾਈ ਦੇ ਨਿਸ਼ਾਨ ਵਜੋਂ ਮਨਾਇਆ ਜਾਂਦਾ ਹੈ। ਇਹ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿੱਚ ਖਾਲਸੇ ਪੰਥ ਦੀ ਸਥਾਪਨਾ ਵਿਸਾਖੀ ਮਨਾ ਕੇ ਕੀਤੀ ਗਈ। ਇਹ ਖੁਸ਼ੀ ਦਾ ਤਿਉਹਾਰ ਹੈ ਜੋ ਲੋਕਾਂ ਨੂੰ ਇਕੱਠੇ ਕਰਦਾ ਹੈ ਤੇ ਉਹਨਾਂ ਨੂੰ ਇੱਕ ਸੁਰਤਾ ਨਾਲ ਬੰਨ੍ਹਦਾ ਹੈ। ਤਿਉਹਾਰ ਰਵਾਇਤੀ ਗਿੱਧਾ ਅਤੇ ਭੰਗੜਾ ਭਾਰਤ ਦੇ ਲੋਕ ਨਾਚ ਪੇਸ਼ ਕਰਕੇ ਮਨਾਇਆ ਜਾਂਦਾ ਹੈ। ਇਸ ਖਾਸ ਤਿਉਹਾਰ ਦੀ ਖਿੱਚ ਦਾ ਕੇਂਦਰ ਅਕਸਰ ਕੁਸ਼ਤੀ ਦੇ ਮੁਕਾਬਲੇ ਹੁੰਦੇ ਹਨ। ਇਹ ਇੱਕ ਸ਼ੁਭ ਦਿਨ ਹੈ ਅਤੇ ਸਿੱਖ ਕੌਮ ਦਾ ਪੰਜਾਂ ਖਾਲਸਿਆਂ ਦੀ ਅਗਵਾਈ ਵਿੱਚ ਇੱਕ ਨਗਰ ਕੀਰਤਨ ਕੱਢਿਆ ਜਾਂਦਾ ਹੈ, ਜਿਸ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਬਿਠਾਉਂਦੇ ਹਨ ਅਤੇ ਮੱਥਾ ਟੇਕਦੇ ਹਨ। ਵਿਸਾਖੀ ਦੇ ਤਿਉਹਾਰ ਦੇ ਮੌਕੇ ਤੇ ਲੋਕ ਜਲਿਆਂਵਾਲਾ ਬਾਗ ਦੁਖਾਂਤ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਹਨ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਇਸ ਵਿਸ਼ੇਸ਼ ਦਿਨ ਤੇ ਸ਼ਾਨਦਾਰ ਰੰਗਾਂ ਨਾਲ ਸਜਾਇਆ ਜਾਂਦਾ ਹੈ। ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ। ਆਪ ਦਾ ਜਨਮ 1469 ਈਸਵੀ ਨੂੰ ਤਲਵੰਡੀ ਸਾਬੋ ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ, ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਬਚਪਨ ਵਿੱਚ ਹੀ ਆਪ ਜੀ ਦਾ ਧਿਆਨ ਰੱਬ ਦੀ ਭਗਤੀ ਵਿੱਚ ਲੱਗ ਗਿਆ ਸੀ। ਆਪ ਜੀ ਨੂੰ ਪੜ੍ਹਨ ਲਈ ਪਾਂਧੇ ਕੋਲ ਭੇਜਿਆ ਗਿਆ, ਪਰ ਦੁਨਿਆਵੀ ਗਿਆਨ ਦੇਣ ਵਾਲੇ ਪੰਡਿਤ ਜੀ ਅਤੇ ਮੌਲਵੀ ਜੀ ਵੀ ਆਪ ਨੂੰ ਪੜ੍ਹਾ ਨਾ ਸਕੇ। ਆਪ ਨੂੰ ਮੱਝਾਂ ਚਾਰਨ ਦਾ ਕੰਮ ਦਿੱਤਾ ਗਿਆ ਤਾਂ ਮੱਝਾਂ ਖੇਤਾਂ ਚਰ ਗਈਆਂ। ਸ਼ਿਕਾਇਤ ਹੋਣ ਤੇ ਰਾਏ ਸਾਹਿਬ ਹਾਕਮ ਨੇ ਜਦੋਂ ਵੇਖਿਆ ਤਾਂ ਖੇਤ ਪਹਿਲਾਂ ਨਾਲੋਂ ਵੀ ਵੱਧ ਹਰੇ ਭਰੇ ਸਨ। ਇੱਕ ਵਾਰ ਪਿਤਾ ਜੀ ਨੇ 20 ਰੁਪਏ ਦੇ ਕੇ ਕੋਈ ਖਰਾ ਸੌਦਾ ਕਰਨ ਲਈ ਕਿਹਾ
ਤਾਂ ਆਪ ਉਹਨਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾਏ। ਪਿੰਡ ਦਾ ਹਾਕਮ ਰਾਏ ਬੁਲਾਰ ਅਤੇ ਆਪ ਦੀ ਵੱਡੀ ਭੈਣ ਨਾਨਕੀ ਜੀ ਆਪ ਨੂੰ ਰੱਬ ਰੂਪ ਸਮਝਦੇ ਸਨ। ਆਪ ਨੇ ਸੁਲਤਾਨਪੁਰ ਵਿੱਚ ਮੋਦੀਖਾਨੇ ਦੀ ਨੌਕਰੀ ਕੀਤੀ ਤੇ ਗਰੀਬਾਂ ਦੀ ਖੂਬ ਮਦਦ ਕੀਤੀ। ਇੱਥੋਂ ਹੀ ਆਪ ਰੱਬੀ ਸੰਦੇਸ਼ ਦੇਣ ਲਈ ਪਹਿਲੀ ਉਦਾਸੀ ਯਾਤਰਾ ਤੇ ਗਏ। ਆਪ ਨੇ 4 ਉਦਾਸੀਆਂ ਕੀਤੀਆਂ। ਆਪ ਨੇ ਗਰੀਬ ਭਾਈ ਲਾਲੋ ਵਰਗਿਆਂ ਦਾ ਸਾਥ ਦਿੱਤਾ ਤੇ ਅਮੀਰ ਮਲਕ ਭਾਗੋ ਦਾ ਭੋਜਨ ਪ੍ਰਵਾਨ ਨਾ ਕੀਤਾ। ਮਰਦਾਨੇ ਨੇ ਆਪ ਨਾਲ 4 ਉਦਾਸੀਆਂ ਵਿੱਚ ਸਾਥ ਦਿੱਤਾ। 1547 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਗੁਰਗੱਦੀ ਉੱਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਦਿੱਤਾ। ਆਪ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ। ਨੈਕਸਟ ਫਿਰ ਬਿਨੈ ਪੱਤਰ ਨੇ ਜੀ ਆਪਣੇ ਕੋਲ ਫੀਸ ਮਾਫ਼ ਕਰਵਾਉਣ ਲਈ ਬਿਨੈ ਪੱਤਰ। ਸੁਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ, ਉਹਨਾਂ ਦੀ ਆਮਦਨ ਬਹੁਤ ਥੋੜ੍ਹੀ ਹੈ। ਮੇਰੇ 2 ਵੱਡੇ ਭੈਣ ਭਰਾ ਵੀ ਕਾਲਜ ਵਿੱਚ ਪੜ੍ਹਦੇ ਹਨ। ਪਿਤਾ ਜੀ ਸਾਡੇ 3 ਭੈਣ ਭਰਾਵਾਂ ਦੀ ਪੜ੍ਹਾਈ ਦਾ ਖਰਚਾ ਪੂਰਾ ਨਹੀਂ ਕਰ ਸਕਦੇ, ਜਿਸ ਕਾਰਨ ਉਹ ਮੇਰੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਹਨ। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ, ਮੈਂ ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹਾਂ। ਕਿਰਪਾ ਕਰਕੇ ਮੇਰੀ ਫੀਸ ਮਾਫ਼ ਕਰ ਦਿੱਤੀ ਜਾਵੇ, ਮੈਂ ਆਪ ਜੀ ਦੀ ਅਤਿ ਧੰਨਵਾਦੀ ਹੋਵਾਂਗੀ। ਆਪ ਜੀ ਦੀ ਆਗਿਆਕਾਰੀ, ਅੱਗੇ ਤੁਸੀਂ ਨਾਮ ਤੇ ਰੋਲ ਨੰਬਰ ਲਿਖ ਸਕਦੇ। ਨੈਕਸਟ ਆਪਣੇ ਕੋਲ ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ ਬਿਨੈ ਪੱਤਰ। ਬੇਨਤੀ ਹੈ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਜ਼ਿਲ੍ਹਾ ਪੱਧਰ ਦੇ ਮੈਚ ਖੇਡਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜਾ ਰਹੀ ਹੈ। ਹਾਕੀ ਮੇਰੀ ਮਨਪਸੰਦ ਖੇਡ ਹੈ, ਮੈਂ ਆਪ ਜੀ ਕੋਲੋਂ ਕੱਲ੍ਹ ਮਿਤੀ 18-19 ਨੂੰ ਹੋਣ ਵਾਲੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ, ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ। ਨੈਕਸਟ ਹੈ ਜੀ ਆਪਣੇ ਕੋਲ, ਤੁਹਾਡਾ ਭਰਾ ਖੇਡਾਂ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ ਪਰ ਪੜ੍ਹਾਈ ਵਿੱਚ ਨਹੀਂ, ਉਸਨੂੰ ਕੋਈ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਣਾ ਦਿਓ। ਤਾਂ ਇੱਥੇ ਤੁਸੀਂ ਐਡਰੈਸ ਲਿਖ ਕੇ ਇੱਥੇ ਕੋਈ ਵੀ ਨਾਮ ਲਿਖ ਸਕਦੇ ਹੋ। ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ਜਿਸ ਵਿੱਚ ਉਹਨਾਂ ਨੇ ਮੈਨੂੰ ਲਿਖਿਆ ਹੈ ਕਿ ਤੂੰ ਹਰ ਵੇਲੇ ਖੇਡਾਂ ਵਿੱਚ ਹੀ ਮਸਤ ਰਹਿੰਦਾ ਹੈ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਤੂੰ ਆਪਣੇ ਇਮਤਿਹਾਨਾਂ ਵਿੱਚ ਸਾਰੇ ਵਿਸ਼ਿਆਂ ਵਿੱਚੋਂ ਫੇਲ ਹੋ ਗਿਆ ਹੈ। ਮੈਨੂੰ ਤੇਰੀ ਪੜ੍ਹਾਈ ਵੱਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ। ਤੈਨੂੰ ਪਤਾ ਹੈ ਕਿ ਤੇਰਾ ਇਮਤਿਹਾਨ ਤੇਰੇ ਸਿਰ ਤੇ ਆ ਗਿਆ ਹੈ, ਤੈਨੂੰ ਹੁਣ ਖੇਡਾਂ ਵਿੱਚ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਤਾਸ਼ ਜਾਂ ਵੀਡੀਓ ਗੇਮਾਂ ਨਹੀਂ ਬਲਕਿ ਹਾਕੀ, ਫੁੱਟਬਾਲ, ਵਾਲੀਬਾਲ ਜਾਂ ਕਬੱਡੀ ਆਦਿ ਹਨ। ਜੇਕਰ ਤੇਰਾ ਦਿਲ ਚਾਹੇ ਤਾਂ ਤੂੰ ਇਹਨਾਂ ਖੇਡਾਂ ਵਿੱਚੋਂ ਕਿਸੇ ਇੱਕ ਵਿੱਚ ਹਰ ਰੋਜ਼ ਘੰਟਾ ਡੇਢ ਘੰਟਾ ਭਾਗ ਲੈ ਸਕਦਾ ਹੈ। ਇਸ ਨਾਲ ਤੇਰੇ ਕਿਤਾਬੀ ਪੜ੍ਹਾਈ ਨਾਲ ਥੱਕੇ ਦਿਮਾਗ ਨੂੰ ਤਾਜ਼ਗੀ ਮਿਲੇਗੀ। ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ। ਇਸ ਲਈ ਤੈਨੂੰ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸ ਸਮੇਂ ਹੀ ਜੀਣਾ ਚਾਹੀਦਾ ਹੈ ਜਦੋਂ ਤੇਰਾ ਦਿਮਾਗ ਪੜ੍ਹ ਪੜ੍ਹ ਕੇ ਥੱਕ ਚੁੱਕਾ ਹੋਵੇ। ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ ਠੀਕ ਤਰ੍ਹਾਂ ਚੱਲਦੀ ਰਹੇਗੀ। ਲਾਸਟ ਵਿੱਚ ਲਿਖ ਦੇਣਾ ਜੀ, ਆਸ ਹੈ ਕਿ ਤੂੰ ਮੇਰੀਆਂ ਉਪਰੋਕਤ ਨਸੀਹਤਾਂ ਨੂੰ ਧਿਆਨ 'ਚ ਰੱਖੇਗਾ ਤੇ ਅੱਗੋ ਮੈਨੂੰ ਮਾਤਾ ਜੀ ਵੱਲੋਂ ਤੇਰੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲੇਗੀ। ਲਾਸਟ ਵਿੱਚ ਹੈ ਜੀ ਆਪਣੇ ਕੋਲ, ਹੇਠਾਂ ਦਿੱਤੇ ਡੱਬੇ ਵਿੱਚੋਂ 8 ਸਾਰਥਕ ਸ਼ਬਦ ਚੁਣ ਕੇ ਲਿਖੋ। ਤਾਂ ਦੇਖੋ ਪਹਿਲਾਂ ਬਣ ਗਿਆ ਜੀ ਆਪਣੇ ਕੋਲ ਖੇਡਣਾ, ਔਰਤ, ਗੀਤ, ਅਧਿਆਪਕ, ਮੀਟਿੰਗ, ਧੋਬੀ, ਰਮਨ, ਦੀਵਾਲੀ। ਸੋ ਇਹ ਸੀ ਸਾਡਾ ਜੀ ਅੱਜ ਪੰਜਾਬੀ ਦਾ ਪ੍ਰੀ ਬੋਰਡ ਦਾ ਪੇਪਰ। ਬਹੁਤ ਜਲਦ ਮਿਲਾਂਗੇ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।